अस्सलाम वालेकुम, वेलकम टू बैक माय यूट्यूब चैनल इब्राहिम गैंग व्लॉग। दोस्तों ਤੁਸੀਂ ਵੇਖਦੇ ਪਏ ਹੋ ਅਸੀਂ ਕੁਰਸੀਆਂ ਸ਼ੁਰਸੀਆਂ ਚਾ ਕੇ ਬਾਰਿਸ਼ ਦੇ ਵਿੱਚ ਕਿਤੇ ਜਾਂਦੇ ਪਏ। ਜਿਸ ਭਾਈ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ, ਤਾਂ ਜਿਸ ਲਾਈਕ ਨਹੀਂ ਕੀਤਾ ਲਾਈਕ ਕਰੋ, ਤਾਂ ਜਿਸ ਫੋਲੋ ਨਹੀਂ ਕੀਤਾ ਫੋਲੋ ਕਰ ਲਓ। ਹਾਂ ਮੌਲਵੀ, ਤੂੰ ਆਪਦੇ ਜ਼ਬਾਨ ਨਾਲ ਦੱਸ ਕਿਤੇ ਜਾਊਂ? ਅਸਾਂ ਵੀਡੀਓ ਯੂਟਿਊਬ ਦੀ ਬਣਾਉਣ ਜਾਊਂ ਆ। ਸਾਡੇ ਕੋਲ ਬਾਰਿਸ਼ ਹੈ, ਥਾਰ ਕਾਇ ਨਹੀਂ, ਇੱਥੇ ਸ਼ੋਰ ਹੈ, ਤੇ ਅਸਾਂ ਕਿਹਾ ਦੂਰ ਜਾਂਦੇ ਆ ਜਿੱਥੇ ਸ਼ੋਰ ਵਗੈਰਾ ਨਾ ਹੋਵੇ। ਹੈ ਸਾਫੀਆਂ ਕੁਰਸੀਆਂ ਤੇ ਰੱਖ ਕੁਰਸੀਆਂ ਸੇ ਤਾਂ ਚਾਲੀਆਂ, ਮਤਲਬ ਜਿੱਥੇ ਬੈ ਕੇ ਸ਼ੂਟ ਕਰਨ। ਸਾਡੇ ਕੋਲ ਮਰਕਜ਼ ਦੇ ਮਸਜਿਦ ਦੇ ਮਤਲਬ ਕਿ ਮਸਜਿਦ ਦੇ ਵਿੱਚ ਸਾਈਡ ਦਾ ਨਾਲ ਸਿਆਣੇ ਪਾਰਕ ਹੀ ਹੈ, ਸਿਆਣ ਵੀ, ਤੇ ਅਸੀਂ ਆਖਿਆ ਉੱਥੇ ਜਿਹੜਾ ਸਿਆਣੇ ਨਾਲ ਖਾਲੀ ਜਗ੍ਹਾ ਉੱਥੇ ਬਹਿ ਕੇ ਵੀਡੀਓ ਸ਼ੂਟ ਕਰ ਲੈਂਦੇ ਹਾਂ ਆਰਾਮ ਨਾਲ, ਟੈਕੇ ਨਾਲ ਬਹਿ ਕੇ। ਜਿਹੜੇ ਮਤਲਬ ਕਿ ਜਮਾਤ ਨਾਲ ਕੋਈ ਮਹਿਮਾਨ ਆਉਂਦੇ ਨੇ ਉਹ ਇੱਥੇ ਸੈਂਸ ਹੋ ਸਕਦੇ, ਤੇ ਜਾਂ ਮਤਲਬ ਕਿ ਹੋਰ ਹੁਣ ਬਾਬਾ ਕਾਇਆ ਪਰਵਾ ਸਾਰਾ ਪਾਰਕ ਪਿਆ ਉਹਦੇ ਭਰਾ, ਮਤਲਬ ਬੰਦਾ ਵੀਡੀਓ ਸ਼ੂਟ ਕਰ ਸਕਦਾ। ਮੈਂ ਜ਼ਿਆਦਾ ਉਥਾਂ ਹੀ ਕਰਦਾ। ਸਾਡੇ ਕੋਲ ਇਹ ਥਾਰ ਹੀ ਪਈ ਹੈ, ਇੱਥੇ ਬੰਦਾ ਸ਼ੂਟ ਕਰ ਸਕਦਾ। ਕੁਰਸੀ ਤਾਂ ਗੇਟ ਪਈ ਹੈ, ਸ਼ਵਾਕ ਹੋਏ ਆਪਾਂ ਸ਼ਵਾਕ ਇੱਥੇ ਬੈਗ ਬਣਾਈ ਹੈ, ਇੱਥੇ ਆ। ਆ ਪਹਿਲਾਂ ਗੇਟ ਦੇ ਦੇਣੇ ਇਸ ਟਾਈਮ ਆਉਣ ਤੱਕ ਹੈ ਨਹੀਂ, ਆਪਾਂ ਇੱਥੇ ਬੈਗ ਸ਼ੂਟ ਕਰ ਲੈਂਦੇ ਹਾਂ। ਚੱਲ ਸੀ ਜਾਂ ਐਂ ਮੂੰਹ ਕਰਕੇ ਪੈ ਵੀ ਸਭ ਤੂੰ ਗੇਟ ਚਲੀ ਸੈਂ, ਤੇ ਇੱਥੇ ਉਹ ਸਟੈਂਡ ਚਾਹ ਕੋ ਨੂੰ ਆਉਂਦਾ ਬਾਅਦ ਚਾਹ ਲੈ ਹੈਂ, ਤੇ ਮੈਂ ਕੁਛ ਥਾਈ ਰੱਖਾਂ ਸਟੈਂਡ ਸਟੈਂਡ ਚ ਆਈ ਜਾਵਾਂ। ਬੜਾ ਪਿਆਰਾ ਤੇ ਬੜਾ ਸੋਹਣਾ ਮੌਸਮ ਬਣਿਆ ਖੋਤਾ, ਮਿੱਠਾ ਮਿੱਠਾ ਪਿਆਰਾ ਪਿਆਰਾ, ਕਿਉਂਕਿ ਤੁਸੀਂ ਆਵੇ ਨਾ ਬਾਰਿਸ਼ ਲੈਤੀ ਖੋਤੀ ਇਸ ਬਾਲ ਵੇਖੋ ਬੱਜੇ ਵਈ ਨੇ ਖੇਡਣ ਵਾਸ ਕਰਨ ਬੱਠੇ ਤੇ ਪਾਣੀ ਵਾ, ਕਿਉਂਕਿ ਪਾਣੀ ਇਹਨੂੰ ਨੱਗੀ ਸੀਆਂ ਸ਼ੀਸੀਆਂ ਲੈਣੀਆਂ ਇਹ ਲਿਖਿਆ ਆ। ਹੁਣ ਇਹ ਲਾ ਸ਼ੁਰੂ ਹੋ ਗਿਆ, ਤੇ ਮੈਂ ਜਲਦੀ ਜਲਦੀ ਟਾਈਮ ਚਾ ਲਵਾਂ। ਇੱਕ ਵਾਰੀ ਫੁੱਲ ਥੱਲੇ ਲੜਕਿਆ ਖਲੋਤਾ, ਗੱਡੀ ਸਾਡੀ ਸਾਰੀ ਸਿੱਜੀ ਖਲੋਤੀ, ਮਤਲਬ ਕਿ ਤਰੱਕੀ ਖਲੋਤੀ ਹੈ। ਇਹ ਹਮਾਰਾ ਸਟੈਂਡ ਟੂਟਾ ਫੂਟਾ ਹੁਆ ਭਾਈ ਸਾਹਿਬ, ਮੇਰਾ ਵਲੌਗ ਚਲਾਈ ਬੈਠਾ, ਵਲੌਗ ਮੇਰਾ ਚਲਾਈ ਬੈਠਾ, ਟੂਟਾ ਫੱਟੀ ਟੂਟਾ ਫੱਟੀ। ਤੁਹਾਡੀ ਸਾਰੇ ਜਾ ਫਿਰ ਨੁਕਸਾਨ ਹੋਇਆ, ਪਿੰਡ ਦੇਖ ਲਓ ਕਣਕ ਸਾਰੀ ਲਾਮ ਲੇਟ, ਕੋਈ ਡੱਠੀ ਪਈ ਕੋਈ ਰੇਟ ਹੋਈ ਪਈ। ਹਾਂ ਮਾਲੀ ਕਿਤੇ ਮਸੀਹ ਦੇ ਕੇ ਚਲੂ ਕਹਿੰਦਾ, ਵਧਾ ਕੇ ਚਲੂ ਕਹਿੰਦਾ, ਅੰਦਰ ਕਿਹੜਾ ਕਿਹੜਾ ਬੈਠਾ ਵਧਾ ਸਾਨੂੰ ਪਤਾ ਹੀ। ਦੋ ਜੁੱਤੀਆਂ ਪਈਆਂ ਨਹੀਂ, ਇੱਕ ਸਮੇਲ ਜੁੱਤੀ ਪਈ, ਮੈਨੂੰ ਸ਼ੱਕ ਹੀ ਨਹੀਂ ਪਾਉਂਦਾ ਤੱਕ ਨਹੀਂ ਅਰਦੀ ਜੁੱਤੀ ਸਮੇਲ, ਕਿਵੇਂ ਅਸੀਂ ਜਾਣੀ, ਕਿਉਂਕਿ ਮੇਰੀ ਜੁੱਤੀ ਹੈ ਤੇ ਉਹ ਪਾਈ ਵਧ ਹੁੰਦਾ, ਮੈਨੂੰ ਸ਼ੱਕ ਹੀ ਨਹੀਂ ਪਾਉਂਦਾ ਕਿੱਥੇ ਵਧ ਗੋਕ। ਵਾਓ ਐ ਸਹੀ ਹੈ, ਮਸਜਿਦ ਬੰਦਾ ਆ ਕੇ ਸਹਿ ਜਾਵੇ ਆਰਾਮ ਨਾਲ, ਟਿਕੇ ਨਾ ਕੁਝ ਗਈ ਨਾ ਕੁਝ, ਆ ਜਾ ਆਪ ਕੰਮ ਸ਼ੁਰੂ ਕਰੀ ਆ ਜਾ। ਬਾਰਿਸ਼ ਮੋੜ ਆ ਜਾ ਸੀ ਕੋ ਮਸਲਾ ਵੇਖ ਲੋ ਜਿਵੇਂ ਦਿਲ ਔਰ ਕਾਰ ਬਿਲੀ ਮੈਨੂੰ ਆਉਂਦਾ ਹੈ, ਮੈਨੂੰ ਇੱਕ ਸਪੋਰਟ ਵਾਲੀ ਵੀਡੀਓ ਬਣਾ ਦੇ ਪਈ ਨਾ, ਮਤਲਬ ਜਿਹੜੇ ਤੇਰੇ ਵੀਵਰ ਹੈ ਉਹਨਾਂ ਨੂੰ ਆਖ ਕੇ ਨਜ਼ਰ ਬਸ ਦੀ ਆਈ ਡੀ ਅਤੇ ਇਹਨੂੰ ਸਪੋਰਟ ਕਰੋ, ਅਤੇ ਇਸ ਤਰ੍ਹਾਂ ਇਹਨਾਂ ਮੈਨੂੰ ਇੱਕ ਵੀਡੀਓ ਸ਼ੂਟ ਕਰ ਲਿਆ, ਬਾਹਰ ਦੇ ਬੰਦੇ ਨੂੰ ਬਣਾ ਦੇਣਾ ਕੋਈ ਸਾਨੂੰ ਵੀ ਬਣਾ ਕੇ ਦੇ ਦੇ, ਕੋਈ ਮਸਲਾ ਨਹੀਂ। ਪਾਸਵਰਡ ਕੀ ਦਾ? 258800 258800 ਮੇਰੇ ਲੱਖ ਲਾਈ ਹੁਣ ਤੋਂ ਵਿੱਚ ਆਉਣ ਵੀਡੀਓ ਦੇ ਕੋਈ ਨਾ
ਨਹੀਂ ਐਸ ਜਾਈ ਆਖਣੀ ਸਪੋਰਟ ਵਾਲੀ ਤੇਰੀ ਗੱਡੀ ਦਾ ਨਾਮ ਕੀ ਗੱਲ ਸੁਣੋ ਇਹਨੂੰ ਆਪਦੀ ਆਈਡੀ ਦਾ ਨਾਂ ਹੀ ਕੋਈ ਪਤਾ ਪਿਆ ਮੈਨੂੰ ਵੇਖਣ ਦੇ ਟਿਕਟੋਕ ਟਿਕਟੋਕ ਦੀ ਆਈਡੀ ਕਾਢ ਕੇ ਜਣ ਮੈਨੂੰ ਵੇਖਣ ਦੇ ਵਾਹ ਨਾ ਯਾਰ ਬਸ ਵਾਹ ਆਈ ਯਾ ਟਿਕਟੋਕ ਕਰਾਉਣਾ ਇਹ ਟਿਕਟੋਕ ਤੇ ਪਾਵੇ ਨਹੀਂ ਯਾਰ ਜੰਗਲਾ 86 ਵੇ ਨਹੀਂ ਯਾਰ ਜੰਗਲਾ ਨਹੀਂ 78 ਵੇ ਅਈ ਕਾ ਨਹੀਂ ਯਾਰ ਜੰਗਲਾ ਕਿ ਨਹੀਂ ਯਾਰ ਜੰਗ ਨਹੀਂ ਯਾਰ ਜੰਗ 78 ਵੇ ਓਕੇ ਕਾ ਹੁਣ ਤੋਂ ਵਿੱਚ ਆਉਣਾ ਹਾਂ ਮੈਂ ਆਉਣਾ ਹੁਣ ਵੀਊਸ ਕਿਵੇਂ ਪਾਉਣਾ ਪਰ ਵੀਡੀਓ ਅਸਲਾਮਲੇਕੁਮ ਦੋਸਤੋ ਮੈਂ ਤੁਹਾਡਾ ਆਪਦਾ ਇਬਰਾਹੀਮ ਜੰਗਲ ਆ ਦੋਸਤੋ ਬਾਈ ਨਈਅਰ ਮੇਰੇ ਕੋਲ ਖੋਤਾ ਮੇਰਾ ਗਵਾਡੀ ਤੇ ਇਹਨੂੰ ਯਾਰ ਸਪੋਰਟ ਕਰੋ ਇਹਦੀ ਆਈਡੀ ਦਾ ਨਾਂ ਹੈ ਨਈਅਰ ਨਈਅਰ ਜੰਗ 78 82 ਕੇ ਬੈਟ 78 ਬੈਟ ਸਾਰੇ ਮਿਲ ਕੇ ਸਪੋਰਟ ਕਰੋ ਲਾਈਕ ਕਰੋ ਫੋਲੋ ਕਰੋ ਤੇ ਸ਼ੈਰੋ ਸ਼ਾਇਰੀ ਬੜੀ ਦੁਖੀ ਦੁਖੀ ਸ਼ੈਰੋ ਸ਼ਾਇਰੀ ਪੜ੍ਹਦਾ ਤੇ ਦੱਬ ਕੇ ਰੱਖੋ ਥੋੜਾ ਫੱਟੀਆਂ ਸਹੀ ਹੈ ਕਿ ਹੋਰ ਮਨਵਾਉਣੀ ਹੈ ਨਹੀਂ ਤਾਂ ਮੋੜ ਬਣਾ ਲਈ ਸਾਂ ਮੋੜ ਬਣਾ ਲਈ ਸਾਂ ਕੋਈ ਮਸਲਾ ਬਣੇ ਤਾਂ ਮੋੜ ਬਣਾ ਲਈ ਸਾਂ ਚੱਲ ਮੋਲੀ ਆਪਦੀ ਥੋੜੀ ਪੱਟੀ ਸਾਡਾ ਕੈਮਰਾ ਤਾਂ ਮੋਬਾਈਲ ਯੂਜ਼ ਹੋਣਾ ਇਹੋ ਤੇ ਮੈਂ ਚਾਹੀ ਲੈਣਾ ਵੀਡੀਓ ਸ਼ੂਟ ਕਰ ਲਵਾਂ ਉਸ ਤੋਂ ਬਾਅਦ ਮੁੜ ਤੁਹਾਨੂੰ ਮਿਲਦੇ ਹਾਂ ਮੈਂ ਤਾਂ ਆਪਣੀ ਕੁਰਸੀ ਸੜਨਾ ਇੱਥੇ ਕਿ ਨਹੀਂ ਮੈਂ ਤੈਨੂੰ ਮੋਬਾਈਲ ਦਿੰਦਾ ਤੂੰ ਉਸੇ ਪੀਆ ਕਰ ਲਾ ਤੇ ਮੈਂ ਇਸ ਵਾਰ ਮੋਬਾਈਲ ਉਸੇ ਪੀਆ ਕਰ ਲੈਂਦਾ ਮੈਂ ਤਾਂ ਮੋਬਾਈਲ ਵਲੌਗ ਆਪਦਾ ਸ਼ੋ ਐਡੀਟਿੰਗ ਕਰਨਾ ਮੈਂ ਉਹ ਲਵਾਂ ਕਾਰ ਹੁਣ ਥਾਈ ਬਾਰ ਲੈਣੀ ਕਿ ਅੰਦਰ ਜਾਵਣੀ ਟੋਰਮ ਤੇ ਡੋਲਾ ਸਾਡਾ ਆਪਣੇ ਬੰਦ ਕਰ ਵੇ ਕਾਪੀ ਰਾਈਟ ਆਮ ਦੇ ਮੇਰੇ ਮੈਂ ਜਲਦੀ ਯਾਰ ਮੋਬਾਈਲ ਲੈ ਸ਼ਵਾਬ ਕੋ ਮੈਂ ਜਲਦੀ ਵੀਡੀਓ ਵਲੌਗ ਐਡੀਟਿੰਗ ਕਰ ਲਾਂ ਜਿਹੜਾ ਕੱਲ ਸ਼ੂਟ ਕੀਤਾ ਮੈਂ ਐਡੀਟਿੰਗ ਕਰ ਲਾਂ ਜਲਦੀ ਜਲਦੀ ਕੰਮ ਨਵੇੜੀ ਬਾਬੂ ਤੇਰੀ ਮੈਂ ਨਵਾਂ ਦੀ ਸ਼ਾਇਦ ਆਈ ਚੋਰੀ ਚੋਰੀ ਕੁਰਸੀ ਬਾਲ ਬਾਂਧਣਾ ਛੋੜ ਕਹਿੰਦਾ ਸਹੀ ਕੁਝ ਮੈਂ ਜਾਊ ਕਿ ਮੈਂ ਤਕਰੀਬਨ 3 ਘੰਟੇ ਹੋ ਗਏ ਮੇਰਾ ਨਾ ਮੋਬਾਈਲ ਦੀ ਮੈਮਰੀ ਫੁੱਲ ਆਏ ਤੇ ਮੈਂ ਵਲੌਗ ਐਡੀਟਿੰਗ ਕੀਤਾ ਐਡੀਟਿੰਗ ਕਰਕੇ ਐਡੀਟਿੰਗ ਕਰਕੇ ਹੁਣ ਮੈਂ ਐਕਸਪੋਰਟ ਲਾਇਆ ਐਕਸਪੋਰਟ ਜਿਹੜਾ ਲਾਇਆ ਨਾ ਇੱਕ ਵਾਰੀ ਲਾਇਆ ਮੋੜੋ ਜਿਹੜੇ 100 ਤੇ ਹੋ ਗਿਆ ਉਹਨੇ ਮੈਮਰੀ ਫੁੱਲ ਆਈ ਤੇ ਮੈਨੂੰ ਪਤਾ ਕੋਈ ਨਹੀਂ ਮਤਲਬ ਕਿ ਸੇਵ ਕੋਈ ਨਾ ਦੂਈ ਵਾਰੀ ਮੋੜ ਲਾਇਆ ਤਕਰੀਬਨ ਘੰਟਾ ਲੱਗਾ ਹੈ ਕੋਈ ਸੇਵ ਕਰਨ ਦਾ ਮੋੜ ਲਾਇਆ ਮੋੜ ਤਕਰੀਬਨ 45 ਮਿੰਟ ਦਾ ਪੱਕਾ ਲੱਗਾ ਮੋੜ ਸੇਵ ਕੀਤਾ ਮੋੜ ਕੇ ਸਦਿਨ ਦਾ 3 ਵਾਰੀ ਜਿਹੜੇ ਮੋੜ ਲਾਇਆ ਮੈਨੂੰ ਪਤਾ ਲੱਗਾ ਮੈਮਰੀ ਘੱਟ ਹੈ ਮੋੜ ਮੈਂ ਵਿੱਚ ਵਲੌਗ ਉਹ ਡਿਲੀਟ ਕੀਤਾ ਇੱਕ ਮੋੜ ਲਾਇਆ ਮੈਮਰੀ ਮੋੜੀ ਥੋੜ੍ਹੀ ਜਿਹੀ ਫੁੱਲ ਲੱਗ ਪਈ ਮਤਲਬ ਜਿੰਨੀ ਉਹਦੀ 4.5 ਕੁਝ ਵੀ ਤਾਂ ਬਣੇ ਵਲੌਗ ਜਿਹੜਾ ਐਡੀਟਿੰਗ ਕੀਤਾ ਇਸ ਉੱਪਰ ਮੋੜ ਉਹਨੇ 4ਵੀਂ ਵਾਰੀ ਲਾਇਆ ਹੁਣ ਜਾ ਹੋਇਆ ਹੁਣ ਤਕਰੀਬਨ 2 ਦਾ ਟਾਈਮ ਹੋ ਗਿਆ 2:30 ਦਾ ਬਲਕਿ 2:30 ਕਿਤੇ 3 ਵੱਜ ਗਿਆ ਹੁਣ ਰੋਟੀ ਛੋਟੀ ਖਾ ਕੇ ਵੇਹ ਲੋਕ ਜਾਊਂਗਾ ਸ਼ਾਮ ਦੇ ਪੱਠੇ ਵੱਢਣ ਡੋਰ ਵਾਸਤੇ ਬਲਕਿ ਸੁਬਹ ਦੇ ਸ਼ਾਮ ਦੇ ਪੈਣ ਸੁਬਹ ਦੇ ਪੱਠੇ ਵੱਢਣ ਜਾਊਂਗਾ 4 ਘੰਟੇ ਤਕਰੀਬਨ ਕਿਤੇ ਵਲੌਗ 'ਤੇ ਲੱਗ ਜਾਂਦੇ ਸਿਰ ਇੱਕ ਵਲੌਗ ਸੇਵ ਕਰਦਾ ਇਤਨਾ ਟਾਈਮ ਲੱਗ ਗਿਆ ਹੁਣ ਮੈਂ ਜਲਦੀ ਪੱਠੇ ਵੱਢੀ ਆਵਾਂ ਅਤੇ ਹੁਣ ਕੰਮ ਦੇ ਭੇੜੀ ਆਪਦਾ ਵੇਲੇ ਹੁੰਦੇ ਆ ਮਾਮਾ ਬਾਰਿਸ਼ ਆਈ ਹੋਈ ਹੁਣ ਪਤਾ ਨਹੀਂ ਕੀ ਹੋ ਜਾਏ ਪੱਠੇ ਪਏ ਉਸ ਕੀ ਹੋ ਜਾਏ ਪਾਣੀ ਹੋ ਸੀ ਕਿਵੇਂ ਪਾਣੀ ਹੋ ਸੀ ਅੱਲੇ ਮਾਰਾ ਪੱਟਾ ਹੀ ਭਾੜ ਦਿੰਦਾ ਮੈਨੂੰ ਪਹਿਲੇ ਪਾਸ ਵਹਿਣ ਤੇ ਖਟੋਰ ਤੁਹਾਨੂੰ ਉਹਦੇ ਪੈਰ ਵੀ ਗਾਇਆ ਹੈ ਕਲੋ ਤੈਨੂੰ ਕੰਡੇ ਤੇ ਬੜੇ ਬਹਿੜੇ ਲੱਗਦੇ ਜਿੱਥੇ ਲੱਗਦੇ ਪੈਰ ਤੇ ਉਹ ਤਾਂ ਪਰ ਛੋਦਾ ਐਂ ਕਰ ਡਰਦਾ ਐਂ ਕਰ ਐਂ ਕਰ ਲੱਤਾਂ ਚਾਹ ਕੇ ਹਾਏ ਵਾਹ ਕਾ ਵੱਡਾ ਹੈ ਸੀਰੀਆ
ਤੇ ਮੰਮਾ ਨਾਲ ਹੀ ਆ ਕੇ ਵੱਡਿਆ ਜਾਂ ਕੰਮ ਚੈੱਕ ਕਰੋ ਜਿਹੜੇ ਸਾਈਡ ਤੋਂ ਵੱਡੇ ਕਰੋ ਤੈਨੂੰ ਇਹ ਨਹੀਂ ਵੱਡੇ ਪਿੱਛੂ ਨਵਾਂ ਹਾਲ ਲਾ ਰੱਖਿਆ ਨੇ ਕਮਲੀਆਂ ਮਲਾਈਆਂ ਵੇਖ ਅਲੀ ਆ ਖੋਤਰੀ ਅੜੀ ਕੌਣ ਚਲੇ ਉਹਦਾ ਬਾ ਖੋਤਰੀ ਤੇ ਜੁਟ ਲਾ ਜਾਂਦੇ ਖੋਤਰੀ ਰੇੜੀ ਤੇ ਬਾਕੂ ਚੁੱਪਰ ਖੋਤਰੀ ਚੜਿਆ ਬਾਈ ਰੇੜੀ ਛੋੜ ਕੇ ਖੋਤਰੀ ਤੇ ਆ ਖਲੋ ਹੋ ਗਈ ਉੱਤੇ ਖੋਤਰੀ ਲੱਤਾਂ ਨਾਲ ਜੁੜੇ ਹੋਈ ਬਾਲ ਵਾਲੇ ਨੂੰ ਕੋਈ ਡੱਟਾ ਬਈ ਚੱਲ ਚੱਲ ਵਾਰ ਡਾਲੀ ਵਾਰ ਜਲਦੀ ਪੱਠੇ ਵਾਰ ਡਾਲ ਜਾਂ ਚੜਾ ਲੈ ਕੇ ਆਲੇ ਖਲੋ ਕੇ ਬੜੇ ਨਾਲ ਡੱਠੇ ਤਾਂ ਪਰ ਡੱਠੇ ਉਹਨਾਂ ਮੇਰੇ ਟੂ ਗੱਲੇ ਪੈਣ ਤਾਂ ਪਰ ਕਿਉਂਕਿ ਨਾ ਨਾ ਉਦੋਂ ਵੀ ਛੁੱਟਣਾ ਸ਼ੁਰੂ ਕਰ ਦਿੱਤਾ ਇਹਦੇ ਉਹ ਨਹੀਂ ਖੋਲਤਾਂ ਨਹੀਂ ਵੱਢਣ ਵਾਲੇ ਵਾਹ ਜੀ ਵਾਹ ਬੜੇ ਤੇਰੇ ਨਾ ਨਾ ਸਮਝ ਜਿਹੜੀ ਬਾਣ ਨਾ ਬੋਮ ਤੇ ਖਲਾਉਣਾ ਖਸ਼ਬੋ ਅਜੀਬ ਗੱਲ ਹੈ ਯਾ ਅਲੀ ਹੋਏ ਚੋਰ ਗੰਦਾ ਲਿਤਰਾ ਨਾ ਪੜਾਈ ਵਾਲੇ ਇਹ ਚੋਰ ਸ਼ੂਗਰ ਲਾਈ ਵਾਲੇ ਆ ਮੋੜ ਚੜ ਗਏ ਤੇ ਹੱਤੇ ਰਾ ਬਲਾ ਵੇ ਇੱਥੇ ਹੁਣ ਲਿਤਰਾ ਨਾ ਬਣਾਈ ਵਾਲੇ ਜਦੀ ਗੰਦੇ ਨੂੰ ਇਹਨਾਂ ਤਕਰੀਬਨ ਦਸ ਇੱਕ ਮਿੰਟ ਹੋ ਗਏ ਮਤਲਬ ਸਾਨੂੰ ਆਇਆ ਪੰਜ ਸੱਤ ਮਿੰਟ ਹੋ ਗਏ ਸੱਤ ਭੈਣ ਲੱਗ ਗਏ ਭਾਈ ਗੁਮਾਈ ਵਧਣ ਗੁਮਾਈ ਵਧਣ ਜੂਟ ਲੈਂਦੇ ਵਧਣ ਅਲੀ ਫੱਠੇ ਵੱਢ ਕੇ ਉੱਥੋਂ ਵੱਢਣ ਹੋ ਗਿਆ ਥੋੜ੍ਹਿਆਂ ਅਤੇ ਵੱਢੀ ਗਿਆ ਕਿਉਂਕਿ ਨਾ ਛੋੜਿਆ ਉਹਨਾਂ ਅਤੇ ਉਦੋਂ ਸ਼ੁਰੂ ਕਰ ਦਿੱਤਾ ਤੁਹਾਨੂੰ ਮੈਂ ਕਹਾਉਣੇ ਮੋਗ ਉਦੋਂ ਮੁੱਢ ਸ਼ੁਰੂ ਕਰ ਵਟੇਂਦਾ ਪਿਆ ਮੈਂ ਵਗਾ ਹੀ ਨਾ ਵਗਾ ਕੇ ਉੱਥੇ ਚਾਲ ਵਈ ਨਾ ਉੱਥੋਂ ਮੋੜ ਵਗਾ ਇਕੱਠੇ ਤੇ ਮੋੜ ਮੈਂ ਸਿਰ ਤੇ ਰੱਖਿਆ ਭਾਈ ਸਾਂ ਸਕੂਟਰ ਕੋਲ ਦਸਿੰਦਾ ਪਿਆ ਆ ਖਲੋਤਾ ਚੀੜਾ ਜਿਹਾ ਉੱਥੇ ਲੈ ਕੇ ਜਾਣਾ ਮੁੜਾ ਕੇ ਸਕੂਟਰ ਵਜਾ ਕਰ ਨਿਕਲ ਬਈ ਸਾਂ ਅਲੀ ਓਏ ਬਾਲ ਹਜਣ ਉਂਝ ਵਜਾਈ ਵਦਾਂ ਰੇੜੀਆ ਹੋਵੇ ਹਲੇ ਪੱਠੇ ਮੈਂ ਵਗਾ ਲੈ ਹੁਣ ਨਾ ਰਲ ਕੇ ਫਾਦ ਕੇ ਪਾਸੋਂ ਚਾਕ ਲੈ ਗਿਆ ਇੱਥੇ ਆਉਣੀ ਤੂੰ ਵਗਾ ਕੇ ਮੈਂ ਲਦਾ ਕੇ ਤਾਂ ਬਣਾ ਪਾ ਨਿਕਲ ਜਾਵਣਾ ਕਿਤੇ ਨਾਨਕੇ ਫਿਰ ਨਾਨਕੇ ਮੈਂ ਤਾਂ ਆਪਣੇ ਘਰ ਜਾਵਾਂ ਜਲਦੀ ਯਵਾ ਠੇ ਘਰ ਤੇ ਮੰਮਾ ਚਬਾ ਕੇ ਇੱਥੇ ਰੱਖਾ ਪੱਠੇ ਉੱਤੇ ਸਲੇਟੀ ਰੰਗ ਮਾਇਆ ਪੱਠੇ ਤੂੰ ਬਦਾ ਨਾ ਹੋ ਤੰਗ ਮਾਇਆ ਹੈ ਮੈਨੂੰ ਅੱਗ ਲੱਗਣ ਜਲਦੀ ਚਾਰ ਵਜ ਗਿਆ ਮੇਰਾ ਅਲਾਰਮ ਵੀ ਵੱਗ ਗਿਆ ਮੈਂ ਵੀਡੀਓ ਅਪਲੋਡ ਕਰਨੀ ਹੁੰਦੀ 4 ਵਜੇ ਟਿਕਟੋਕ ਦੀ ਅਸੀਂ ਲੱਥੇ ਘੱਸੀ ਖਲੋਤੇ ਚੈੱਕ ਦੂਰ ਖਲੋ ਕੇ ਵੀ ਖਾਏ ਤਰਕ ਮਾਰ ਗਿਆ ਵਿੱਚੋਂ ਕੈਮਰਾ ਅਗੋਆ ਮੋਟੋ ਹੋਇਆ ਖਲੋਤਾ
ਇਹ ਮੈਨੂੰ ਪੱਠੇ ਕੜਾ ਤੇ ਮੋੜ ਤਾਂ ਪਵੇ ਜੇ ਇਹ ਆਏ ਨਾ ਪੱਠੇ ਤੂੰ ਇਸ ਸਾਈਡ 'ਤੇ ਲੱਗ ਗਏ ਜਦੋਂ ਇਸ ਸਾਈਡ 'ਤੇ ਲੱਗ ਗਏ ਨਾ ਸਕੂਟਰ ਇਹ ਨਹੀਂ ਉੱਚਾ ਇਹ ਨਹੀਂ ਜਦੋਂ ਕਿ ਮਤਲਬ ਕਿ ਸਕੂਟਰ ਆਰਾਮ ਨਾਲ ਟਿਕ ਗਿਆ ਹੁਣ ਕੱਸੀ 'ਚ ਘੜਨਾ ਕਿਵੇਂ ਯੋ ਦੇਕਾ ਲੱਗ ਸੀ ਤਾਂ ਕਿ ਪੱਠੇ ਨੂੰ ਉੱਤੇ ਕਿਵੇਂ ਕਰਨੇ ਲਾਂਘਾ ਜਾਤਾ ਨਾ ਟਾਪਾ ਜਾਤਾ ਲਾਂਘਾ ਜਾਤਾ ਨਾ ਟਾਪਾ ਜਾਤਾ ਤੂੰ ਸ਼ੁਕਰ ਬਣਾਏਗਾ ਕਿ ਮੇਰਾ ਓ ਵਾਓ ਅੱਛਾ ਮੇਰਾ ਟਾਈਮ ਹੋ ਗਿਆ ਵੀਡੀਓ ਦਾ ਆਰਾਮ ਵੱਧ ਗਿਆ ਮੈਂ ਪਹਿਲੇ ਵੀਡੀਓ ਅਪਲੋਡ ਕਰਾਂ ਓਕੇ ਸਿਰਫ 5 ਮਿੰਟ ਵੇਟ ਫਿਰ ਉਸ ਤੋਂ ਬਾਅਦ ਮੈਂ ਪੱਠੇ ਫਿਲਹਾਲ ਉਤਰ ਗਿਆ ਅਤੇ ਨਾ ਪਹਿਲਾਂ ਮੈਂ ਵੀਡੀਓ ਅਪਲੋਡ ਕਰ ਲਵਾਂ ਹੋ ਕਾਫੀ ਟਾਈਮ ਹੋ ਗਿਆ ਵੀਡੀਓ ਮੈਂ ਲਈਆਂ ਅਪਲੋਡ ਕਰ ਹਾਂ ਛੋਰ ਆਇਆ ਪੱਠੇ ਕੁਤਰ ਕੇ ਪੱਠੇ ਕੁਤਰ ਲਵਾਂ ਕੁਤਰ ਡੋਲਾਂ ਗਾਤ ਲਵਾਂ ਤਾਂ ਮੁੜ ਉਸ ਤੋਂ ਬਾਅਦ ਕਰਿਆ ਟਿਕਟੋਕ ਦੀ ਸ਼ੂਟਿੰਗ ਕਿਉਂਕਿ ਮੇਰੇ ਕੋਲ ਟਿਕਟੋਕ ਦੀ ਵੀਡੀਓ ਫਿਲਹਾਲ ਕੋਈ ਨਹੀਂ ਪਈਆਂ ਮੈਂ ਹੁਣ ਜਿਹੜੀ ਸ਼ੂਟ ਕਰਨੀ ਉਹੀ ਦਿਨ ਨੂੰ ਅਪਲੋਡ ਕਰਨੀ ਬੁਖਾਰ ਆ ਫਿਰ ਹਲੇ ਤਾਂ ਪਤਾ ਨਹੀਂ ਧਾਨ ਛੱਡ ਆਈ ਮੈਂ ਥੋੜ੍ਹਾ ਛੱਡਿਆ ਤਾਂ ਪਕਾਇਆ ਮੈਂ ਆਖਿਆ ਤੂੰ ਖਲੋ ਮੈਂ ਸ਼ੂਟ ਕਰ ਲਾਂ ਸ਼ਵਾਦ ਮੈਂ ਕਟੋਰਿਆ ਅਤੇ ਟਾਈਮ ਮਤਲਬ ਕਿ ਦੇ ਥੋੜ੍ਹੇ ਜਿਹੇ ਮੈਂ ਵੀਡੀਓ ਜਿਹੜੀ ਸ਼ੂਟ ਕਰ ਲਈ ਉਸ ਤੋਂ ਬਾਅਦ ਮੁੜ ਸਾਰਾ ਕੰਮ ਨਿਬੜੇ ਨੇ ਹਾਂਜੀ ਆਪੋ ਪਰ ਮੋਟਰ ਚਲ ਚਲ ਥੋੜੀ ਦੇਰ ਸ਼ਾਪ ਛੋੜ ਕਰੀ ਹੁਣ ਕਈ ਬਣਵਾਈ ਨਾ ਖਾਰੀ ਆ ਗਿਆ ਢੋਲ ਵਾਲੀ ਖਾਰੀ ਕਾ ਯਾਰ ਦਿਮਾਗ ਘੇੜੀ ਬਣਿਆ ਵੇਖੀ ਪੈਂਦਾ ਫਿਰ ਘੇੜੀ ਬਣਾਈ ਢੋਲ ਤੇ ਮੋੜ ਵੀ ਬਟਨ ਦੇ ਲੈ ਇੱਕ ਹੋਰ ਦੇ ਲਾ ਟਾਈਮ ਹੈ ਇਸ ਟਾਈਮ ਹੋਰ ਮਸੇਰ ਚੱਲ ਹੁਣ ਛਾਣੀ ਬਣਾ ਦੋ ਤਰ੍ਹਾਂ ਇਹ ਵਲੌਗ ਯੂਟਿਊਬ ਤਕਰੀਬਨ 3-4 ਵੀਡੀਓ 4-5 ਵੀਡੀਓ ਸ਼ੂਟ ਕਰ ਲਈਆਂ ਅਤੇ ਹੁਣ ਫਿਰ ਅਸੀਂ ਘਰ ਚੋਰ ਆ ਗਿਆ ਮਤਲਬ ਮੈਨੂੰ ਆਖਿਆ ਤੂੰ ਫੋਟੋ ਸ਼ੂਟ ਛੇਕ ਲਾ ਮਤਲਬ ਇੱਕ ਨਾ ਮੋਬਾਈਲ ਆਈਫੋਨ ਹੋਵੇ ਨਾ ਤਾਂ ਯਾਰ ਸਾਡੇ ਫੋਟੋ ਛੇਕ ਉਹ ਆਪਦੇ ਲੱਗਦੇ ਵਜਨ ਅਤੇ ਮਤਲਬ ਮੈਨੂੰ ਆਖਿਆ ਤੂੰ ਆਪਦੇ ਮੋਬਾਈਲ 'ਤੇ ਛੇਕ ਕੇ ਉਹਨਾਂ ਦੇ ਛੋੜੀ ਮੈਂ ਜਾਂਦਾ ਮੇਰੇ ਮੋਬਾਈਲ ਦੀ ਬੈਟਰੀ 9% ਹੋ ਗਈ ਹੈ ਕਿਉਂਕਿ ਬੈਟਰੀ ਲੋਅ ਹੋ ਜਾਂਦੀ ਫਿਰ ਹੁਣ ਜਾਂਦਾ ਚਾਰਜਰ ਲੈਣੇ ਆ ਅਤੇ ਮੈਂ ਸ਼ੱਕ ਪਾਉਂਦਾ ਰਿਹਾ ਕੁਛ ਹੋਰ ਮਤਲਬ ਇੱਕ ਨਾ ਮੇਰੇ ਫਾਰੂਕ ਵੇਖਦੇ ਉਰਾਂ ਵੇ
ਮੈਨੂੰ ਸ਼ੱਕ ਕਿੰਨੇ ਪਾਉਂਦਾ ਪਿਆ ਅਤੇ ਮੋੜਿਆ ਨਹੀਂ ਘੁੰਮੇ ਆ ਤੇਰੀ ਵੱਗੇ ਆਉਂਦਾ ਮੈਨੂੰ ਸ਼ੱਕ ਪੈ ਗਿਆ ਕਿ ਮੇਰਾ ਫੈਨ ਠੀਕ ਠਾਕ ਸਾਡੀ ਵੀਡੀਓ ਦਾ ਕਰਦਾ ਐਂ ਜਦੋਂ ਸਾਡੀ ਵੀਡੀਓ ਅੱਛੀ ਲੱਗੀ ਪਿਆਰੀ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿੱਤਾ।